ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ। ਗੱਡੀਆਂ 'ਤੇ ਪ੍ਰੈਸ, ਵਕੀਲ, ਪੁਲਿਸ ਜਾਂ ਅਹੁਦਾ ਜਾਂ ਕਿਸੇ ਸੰਸਥਾ ਦਾ ਨਾਮ ਲਿਖਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਇਹ ਫੈਸਲਾ ਸਰਕਾਰੀ ਅਤੇ ਗੈਰ ਸਰਕਾਰੀ ਗੱਡੀਆਂ 'ਤੇ ਲਾਗੂ ਕੀਤਾ ਜਾਵੇਗਾ ਅਤੇ ਇਹ ਫੈਸਲਾ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਲਾਗੂ ਹੋਵੇਗਾ। ਜੋ ਕਈ ਲੋਕ ਝੰਡੀ ਲਗਾਤੇ ਹੈ ਜਾਂ ਉਸਕੇ ਆਗੇ ਕੁਛ ਲਿਖਾ ਹੋਤਾ ਹੈ, ਅਧਿਕਸ਼ ਹੈ ਜਾਂ ਕੋਈ ਪ੍ਰੈਸ ਸੇ ਹੈ, ਉਨ ਚੀਜ਼ੋਂ ਕੋ ਲੇ ਕੇ ਮਾਨਯ ਉੱਚ ਨਿਆਲਯ ਨੇ ਕਿਹਾ ਕਿ ਇਹ ਸਭ ਚੀਜ਼ੇ ਇਨ ਵਾਇਲੇਸ਼ਨ ਆਫ ਮੋਟਰ ਵਹੀਕਲਸ ਐਕਟ ਹੈ ਔਰ ਇਸਕੀ ਨਾ ਲਗਾਈ ਜਾਏ। ਬਿਊਰੋ ਰਿਪੋਰਟ, ਜੀਵੇ ਪੰਜਾਬ ਟੀਵੀ।